ਦਿਵਾਣਾ ਰੇੜੀ ਦੇ ਸਤਿਕਾਰ ਸਰੋਤੇ ਹੋ, ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਖਾਸ ਰਿਪੋਰਟ, ਈਸਾਈਅਤ ਦਾ ਭਾਰਤ ਵਿੱਚ ਵਿਕਾਸ ਕਿੱਦਾਂ ਹੁੰਦਾ, ਅਤੇ 2000 ਸਾਲ ਦੀ ਇਹ ਕਹਾਣੀ ਹੈ ਜਦੋਂ ਈਸਾਈਅਤ ਦੀ ਮਤਲਬ ਇੱਥੇ ਆਮਦ ਹੁੰਦੀ ਹੈ, ਭਾਰਤ ਦੇ ਵਿੱਚ ਮਸੀਹੀਅਤ ਦਾ ਕਿਸ ਤਰ੍ਹਾਂ ਜਨਮ ਹੁੰਦਾ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀਆਂ ਵੀ ਕੁਛ ਲੋਕ ਗੱਲਾਂ ਕਰਦੇ ਨੇ ਕਿ ਇੱਕ ਡਾਕਟਰ ਉਹਨਾਂ ਕੋਲ ਆਉਂਦਾ, ਹਾਲਾਂਕਿ ਉਹਨਾਂ ਦੀ ਫੌਜ ਦੇ ਵਿੱਚ ਵੀ ਬਹੁਤ ਸਾਰੇ ਲੋਕ ਸੀਗੇ। ਅਤੇ ਇਸ ਮੁਤੱਲਕ ਤਕਰੀਬਨ ਕੁਝ ਜਿਹੜੀਆਂ ਸੈਵਨ ਸਿਸਟਰ ਸਟੇਟਸ ਨੇ, ਖਾਸ ਕਰਕੇ ਮਿਜ਼ੋਰਮ ਦੇ ਵਿੱਚ, ਮਣੀਪੁਰ ਦੇ ਵਿੱਚ, ਇੱਥੇ ਮਸੀਹੀ ਭਾਈਚਾਰੇ ਦਾ ਕਾਫੀ ਦਾਰੋਮਦਾਰ ਹੈ। ਇਹਨਾਂ ਤਿੰਨ ਸਟੇਟਸ ਦੇ ਵਿੱਚ 75% ਵਸੋਂ ਮੇਘਾਲਿਆ ਦੇ ਵਿੱਚ ਮਸੀਹੀ ਭਾਈਚਾਰੇ ਦੇ ਲੋਕਾਂ ਦੀ ਹੈ, ਗੋਆ ਦੇ ਵਿੱਚ ਵੀ ਇਸ ਭਾਈਚਾਰੇ ਦੇ ਲੋਕ ਹੈਗੇ ਨੇ। ਅਤੇ 2.5% ਆਬਾਦੀ ਬਣਦੀ ਹੈ, 2.6 ਕਰੋੜ ਲੋਕ ਨੇ, ਮਤਲਬ 2.6 ਕਰੋੜ ਦੇ ਕਰੀਬ ਲੋਕ ਨੇ। 2011 ਦੀ ਜੋ ਜਨਗਣਨਾ ਆਈ ਹੈ, ਟੋਟਲ ਭਾਰਤ ਦੀ 121 ਕਰੋੜ ਆਬਾਦੀ 'ਚੋਂ 2.6 ਕਰੋੜ ਮਸੀਹੀ ਧਰਮ ਦੇ ਲੋਕ ਨੇ। ਅਤੇ ਹਾਲਾਂਕਿ ਇਹ ਗਿਣਤੀ ਭਾਵੇਂ ਛੋਟੀ ਹੈ, ਪਰ ਇਸ ਲਿਹਾਜ਼ ਦੇ ਨਾਲ ਇਹ ਤੀਸਰਾ ਵੱਡਾ ਧਰਮ ਮੰਨਿਆ ਜਾਂਦਾ ਹੈ। ਸਿੱਖ ਇਸ ਦੇ ਪੈਰਲਰ ਹੀ ਨੇ, ਪਰ ਘੱਟ ਨੇ। 2011 ਦੇ ਅੰਕੜਿਆਂ ਮੁਤਾਬਕ ਤੀਜਾ ਧਰਮ ਮਸੀਹੀਅਤ ਹੈ ਇੰਡੀਆ ਦੇ ਵਿੱਚ। ਸਿੱਖ ਚੌਥੇ ਸਥਾਨ 'ਤੇ ਆਉਂਦੇ ਨੇ, 2.6 ਕਰੋੜ ਸੀਗੇ 2011 ਦੇ ਅੰਕੜਿਆਂ ਦੇ ਮੁਤਾਬਕ। ਭਾਰਤ ਦੇ 3 ਰਾਜਾਂ ਦੇ ਵਿੱਚ ਕੁੱਲ ਆਬਾਦੀ ਦਾ 75% ਲੋਕ ਮਸੀਹੀ ਨੇ, ਅਤੇ ਇਸ ਤੋਂ ਇਲਾਵਾ 4 ਰਾਜ ਅਜਿਹੇ ਨੇ ਜਿੱਥੋਂ ਇਹ ਕੁੱਲ ਆਬਾਦੀ ਦੇ ਵਿੱਚ ਇਹ ਵੱਡੀ ਤਾਦਾਦ 'ਚ ਨੇ। ਭਾਰਤ ਵਿੱਚ ਕੁੱਲ ਆਬਾਦੀ ਦਾ ਇਹ ਮਹਿਜ਼ 2.3% ਨੇ 2021 ਦੇ ਜਨਗਣਨਾ ਦੇ ਮੁਤਾਬਕ। ਇਸ ਸੰਬੰਧੀ ਬਹੁਤ ਸਾਰੇ ਸਕੂਲ, ਕਾਲਜ, ਹੋਸਪਿਟਲ ਦੇ ਵਿੱਚ ਕ੍ਰਿਸਮਸ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ, ਅਤੇ ਇਹਨਾਂ ਦੇ ਬਹੁਤ ਸਾਰੇ ਸਕੂਲ, ਕਾਲਜ ਜਾਂ ਐਜੂਕੇਸ਼ਨ ਸੰਸਥਾਵਾਂ ਬਹੁਤ ਨਾਮੀ ਗ੍ਰਾਮੀ ਨੇ। ਇਸ ਸੰਬੰਧੀ ਈਸਾ ਮਸੀਹ ਨੇ ਤਕਰੀਬਨ 11 ਸ਼ਿਸ਼ਾਂ ਦੇ ਨਾਲ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਆਪਣੇ ਆਦੇਸ਼ਾਂ ਨੂੰ ਪੂਰੀ ਦੁਨੀਆ ਦੇ ਵਿੱਚ ਫੈਲਾਉਣ ਦਾ ਆਦੇਸ਼ ਦਿੱਤਾ ਸੀਗਾ। ਇਸ ਸੰਬੰਧੀ ਇਹਨਾਂ ਚੇਲਿਆਂ ਨੂੰ ਉਹਨਾਂ ਨੇ ਯਰੂਸ਼ਲਮ ਦੇ ਵਿੱਚ ਬੈਠਕ ਕੀਤੀ ਅਤੇ ਦੁਨੀਆ ਦੇ ਵਿੱਚ ਆਪਸ ਦੇ ਵਿੱਚ ਵੰਡਿਆ ਸੀ ਕਿ ਕਿਹੜੇ ਹਿੱਸੇ 'ਚ ਕਿਹੜੇ ਲੋਕ ਜਾਣਗੇ। ਭਾਰਤ ਵਿੱਚ ਪ੍ਰਚਾਰ ਦੀ ਜ਼ਿੰਮੇਵਾਰੀ ਸੇਂਟ ਥੋਮਸ ਨੂੰ ਮਿਲੀ ਸੀ। ਥੋਮਸ ਦੇ ਮਨ ਦੇ ਵਿੱਚ ਸ਼ੰਕਾ ਸੀ, ਉਸਨੇ ਈਸ਼ਵਰ ਨੂੰ ਆਖਿਆ ਕਿ ਮੈਂ ਇੱਕ ਹਿਬਰੂ ਹਾਂ, ਮੈਂ ਭਾਰਤੀਆਂ ਦੇ ਵਿੱਚ ਕਿਵੇਂ ਜਾ ਸਕਦਾ, ਸੱਚਾਈ ਦਾ ਪ੍ਰਚਾਰ ਕਿਵੇਂ ਕਰ ਸਕਦਾ। ਇਸ ਸੰਬੰਧੀ ਹਾਲਾਂਕਿ ਈਸਾ ਮਸੀਹ ਦੇ 12 ਜਿਹੜੇ ਨੇ ਐਪੋਸਟਲ ਨੇ, ਯਾਨੀ ਕਿ ਸ਼ਿਸ਼ ਨੇ, ਅਤੇ ਯੂਦਸ ਨਾਂ ਦਾ ਇੱਕ ਸ਼ਿਸ਼ ਉਹਨਾਂ ਨੂੰ ਧੋਖਾ ਦੇ ਕੇ ਫੜਵਾਇਆ ਸੀਗਾ। ਯੂਦਸ ਨਾਂ ਦਾ ਇੱਕ ਸ਼ਿਸ਼ ਨਹੀਂ, ਚੇਲੇ ਨਹੀਂ, ਉਹਨਾਂ ਨੂੰ ਧੋਖਾ ਦੇ ਕੇ ਫੜਵਾਇਆ ਸੀ। ਸੋ ਇਸ ਕਰਕੇ ਇਹ 11 ਸ਼ਿਸ਼ ਮੰਨੇ ਜਾਂਦੇ ਨੇ। 12ਵਾਂ ਜਿਹੜਾ ਉਹਨਾਂ ਦਾ ਚੇਲਾ ਸੀ ਯੂਦਸ, ਉਸਨੇ ਉਹਨਾਂ ਨਾਲ ਧੋਖਾ ਕੀਤਾ ਸੀ। ਅਤੇ ਸੇਂਟ ਥੋਮਸ ਸੀ ਜਿਹੜਾ ਇਹਨਾਂ ਦਾ ਭਾਰਤ ਵਿੱਚ ਆਗਮਨ ਹੁੰਦਾ, ਜੋ ਇੱਥੇ ਮਸੀਹੀਅਤ ਦਾ ਪ੍ਰਚਾਰ ਕਰਦੇ ਨੇ, ਹਾਲਾਂਕਿ ਉਹ ਹਿਬਰੂ ਸੀਗੇ, ਇਜ਼ਰਾਈਲ ਤੋਂ ਸੀਗੇ। ਈਸਾ ਮਸੀਹ ਦੀ ਪ੍ਰੇਰਣਾ ਦੇ ਨਾਲ ਸੇਂਟ ਥੋਮਸ ਨੇ ਭਾਰਤ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ। ਇੰਡੋ ਪਥੀਅਨ ਸਮਰਾਜ ਦੇ ਸੰਸਥਾਪਕ ਕਿੰਗ ਗੋਂਡੋਫੋਰਸ ਦੇ ਦਰਬਾਰ ਦੇ ਵਿੱਚ ਉਹ ਪਹੁੰਚੇ। ਹਾਲਾਂਕਿ ਇਸ ਦਾਅਵੇ 'ਤੇ ਵੀ ਕਈ ਸਵਾਲ ਉੱਠਦੇ ਨੇ। ਕਈ ਇਤਿਹਾਸਕਾਰਾਂ ਦਾ ਮੰਨਣਾ ਕਿ ਸੇਂਟ ਥੋਮਸ ਜਿਹੜਾ ਸਮੁੰਦਰ ਦੇ ਰਸਤੇ ਮਾਲਾਬਾਰ ਪਹੁੰਚੇ ਸਨ 52 ਈਸਵੀ ਦੇ ਵਿੱਚ, ਅਤੇ ਉਸ ਸਿਲਸਿਲੇ ਦੇ ਵਿੱਚ 52 ਈਸਵੀ ਦੇ ਆਸ ਪਾਸ, ਅਤੇ ਇਹ ਭਾਰਤ ਦੇ ਵਿੱਚ ਕੇਰਲਾ ਦੇ ਵਿੱਚ ਇਹ ਸਥਿਤ ਹੈ ਜਿੱਥੇ ਉਹ ਪਹੁੰਚੇ ਸਨ। ਅਤੇ ਇੱਥੇ ਉਹਨਾਂ ਨੇ ਫਲਾਪੁਰ ਦੇ ਨੇੜੇ ਭਾਰਤ ਦਾ ਪਹਿਲੇ ਚਰਚ ਦੀ ਸਥਾਪਨਾ ਕੀਤੀ ਸੀ, ਅਤੇ ਇਸ ਧਰਮ ਸਥਾਨ 'ਤੇ ਉਹਨਾਂ ਨੇ ਪ੍ਰਚਾਰ ਕੀਤਾ ਸੀ। ਅਤੇ ਦੁਨੀਆ ਦੇ ਪੁਰਾਣੇ ਚਰਚਾਂ 'ਚੋਂ ਇਹ ਚਰਚ ਹੈ।
ਇਸ ਦੌਰਾਨ ਸੇਂਟ ਥਾਮਸ ਦਾ ਕਤਲ ਹੋ ਗਿਆ ਸੀ। ਸੇਂਟ ਥਾਮਸ ਕੇਰਲ ਅਤੇ ਤਾਮਿਲਨਾਡੂ ਦੇ ਵਿੱਚ ਲਗਭਗ 20 ਸਾਲ ਰਹੇ ਅਤੇ ਭਾਰਤ ਵਿੱਚ ਉਹ 6 ਮਹੀਨੇ ਦੇ ਵਿੱਚ ਉਹਨਾਂ ਨੇ ਆ ਕੇ ਚਰਚ ਦੀ ਨੀਂਹ ਰੱਖੀ ਸੀ। ਉਹ ਭਾਰਤ ਦੇ ਪੂਰਬੀ ਤੱਟ 'ਤੇ ਆਏ ਅਤੇ ਇੱਥੋਂ ਚੀਨ ਤੱਕ ਪਹੁੰਚੇ ਅਤੇ ਫਿਰ ਭਾਰਤ ਵਾਪਸ ਆਏ ਅਤੇ ਚੇਨਈ ਦੇ ਵਿੱਚ ਪੱਕੇ ਤੌਰ 'ਤੇ ਵਸੇ। ਈਸਾਈ ਧਰਮ ਦੇ ਪ੍ਰਚਾਰ ਦੇ ਵਿੱਚ ਸਥਾਨਕ ਪ੍ਰਚਾਰੀ ਜਿਹੜੇ ਈਸਾਈ ਧਰਮ ਦੇ ਪ੍ਰਚਾਰ ਦੇ ਕਾਰਨ ਜਿਹੜੇ ਦੂਸਰੇ ਧਰਮਾਂ ਦੇ ਉੱਥੇ ਪ੍ਰਚਾਰਕ ਸੀਗੇ ਉਹ ਨਾਰਾਜ਼ ਹੋਏ। 72 ਈਸਵੀ ਦੇ ਵਿੱਚ ਵਰਸ਼ਾ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ। ਮੈਲਾਪੁਰ ਦੇ ਵਿੱਚ ਉਹਨਾਂ ਦਾ ਇਹ ਸਥਾਨ ਬਣਿਆ ਹੋਇਆ ਮੰਨਿਆ ਜਾਂਦਾ ਹੈ ਕਿ ਜਿਸ ਦੌਰ ਦੇ ਦੌਰਾਨ ਸੇਂਟ ਥੋਮਸ ਭਾਰਤ ਆਏ ਉਸ ਦੌਰ ਦੇ ਵਿੱਚ ਯੂਰਪ ਦੇ ਕਈ ਦੇਸ਼ਾਂ ਤੋਂ ਵੀ ਦੇ ਵਿੱਚ ਵੀ ਈਸਾਈ ਧਰਮ ਅਜੇ ਨਹੀਂ ਸੀ ਪਹੁੰਚਿਆ। ਸੋ ਮਾਲਾਵਰ ਦੇ ਰਾਜੇ ਦਾ ਜਿਹੜਾ ਆਸ਼ਰਮ ਸੀ ਇਤਿਹਾਸਕਾਰਾਂ ਦਾ ਮੰਨਣਾ ਕਿ ਦੂਸਰੀ ਸ਼ਤਾਬਦੀ ਦੇ ਵਿੱਚ ਭਾਰਤ ਦੇ ਦੱਖਣ ਪੂਰਬ ਦੇ ਵਿੱਚ ਦੱਖਣ ਪੱਛਮ ਦੇ ਇਲਾਕੇ ਦੇ ਵਿੱਚ ਈਸਾਈ ਪਾਏ ਗਏ ਸੀ ਦੂਜੀ ਸ਼ਤਾਬਦੀ ਦੇ ਵਿੱਚ, ਜਾਣੀ ਕਿ ਅੱਜ ਤੋਂ 2000 ਸਾਲ ਪਹਿਲਾਂ ਦੀਆਂ ਗੱਲਾਂ ਨੇ। ਅਤੇ ਰਾਜਨੀਤਿਕ ਵਜ੍ਹਾ ਕਰਕੇ ਸਾਰੇ ਮਾਲਾਬਾਰ ਦੇ ਚੇਰਾ ਕਿੰਗਡਮ ਦੇ ਵਿੱਚ ਮਾਈਗ੍ਰੇਟ ਕਰ ਗਏ ਸਨ ਅਤੇ ਉਸ ਵਕਤ ਪੇਰੋਮ ਚੇਰਲ ਯੂਰੋਪਲਾਈ ਦੇ ਵਿੱਚ ਦਾ ਸ਼ਾਸਨ ਸੀ ਅਤੇ ਉਹ ਗੈਰ ਹਿੰਦੂਆਂ ਨੂੰ ਲੈ ਕੇ ਸਹਿਣਸ਼ੀਲ ਸੀਗਾ। ਅਤੇ ਇੱਥੇ ਈਸਾਈਆਂ ਦੇ ਵਿੱਚ ਨਾ ਸਿਰਫ ਈਸਾਈਆਂ ਦਾ ਸਵਾਗਤ ਹੁੰਦਾ ਸੀ ਬਲਕਿ ਸਮਾਜ ਦੇ ਉੱਚ ਦਰਜੇ ਦੇ ਲੋਕ ਅਗਰ ਕਨਵਰਟ ਹੋਣਾ ਚਾਹੁੰਦੇ ਨੇ ਤਾਂ ਵੀ ਉਸ ਦੀ ਉਸਨਾਂ ਨੂੰ ਆਗਿਆ ਸੀ। ਅਤੇ ਇਸ ਦੇ ਵਿੱਚ ਭਾਰਤ ਆਏ ਸੇਂਟ ਥੇਮਸ ਦੇ ਅਨੁਯਾਈਆਂ ਨੇ ਸੀਰੀਅਨ ਕ੍ਰਿਸਚੀਅਨ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਅਤੇ ਭਾਰਤ ਦੇ ਵਿੱਚ ਸਮਾਜਿਕ ਧਾਰਮਿਕ ਰੀਤੀ ਰਿਵਾਜ਼ ਉਹਨਾਂ ਨੇ ਅਪਣਾਏ ਤਾਂ ਕਿ ਉਹ ਆਬਾਦੀ ਦੇ ਵਿੱਚ ਸ਼ਾਂਤੀਪੂਰਵਕ ਰਹਿ ਸਕਣ। ਅਤੇ ਉਹਨਾਂ ਨੇ ਉਹਨਾਂ ਦੀ ਸ਼ਾਦੀ ਦੇ ਵਕਤ ਪਤਨੀ ਦੇ ਗਲੇ ਦੇ ਵਿੱਚ ਪਵਿੱਤਰ ਧਾਗਾ ਪਾਉਂਦੇ ਸੀ। ਨਵਜਾਤ ਸ਼ਿਸ਼ੂ ਨੂੰ ਜਿਹੜਾ ਅਨਪ੍ਰੇਸ਼ਨ ਵਰਗੀ ਸੈਰੇਮਨੀ ਵੀ ਕਰਦੇ ਸੀ। ਜਾਣੀ ਉਹਨਾਂ ਨੇ ਆ ਕੇ ਇੱਥੋਂ ਦਾ ਪਹਿਰਾਵਾ ਇੱਥੋਂ ਦਾ ਰਹਿਣ ਸਹਿਣ ਅਡੋਪਟ ਕੀਤਾ ਤਾਂ ਜੋ ਸਹਿਜੇ ਸਹਿਜੇ ਇਸ ਦੇ ਵਿੱਚ ਉਹ ਸਮਾ ਸਕਣ। ਸੋ ਸੀਰੀਅਨ ਕ੍ਰਿਸਚੀਅਨ ਦੇ ਵਿੱਚ ਹਿੰਦੂਆਂ ਦੀਆਂ ਕੁਝ ਗੱਲਾਂ ਨੂੰ ਇੰਟਰਪ੍ਰੇਟ ਕੀਤਾ ਗਿਆ, ਜਿਵੇਂ ਹਿੰਦੂਆਂ ਦੇ ਵਿੱਚ ਅਗਨੀ ਦਾ ਦੇਵਤਾ, ਅੱਗ ਦਾ ਦੇਵਤਾ ਹੈ। ਈਸਾਈਆਂ ਨੇ ਉਸੇ ਤਰ੍ਹਾਂ ਉਸ ਨੂੰ ਈਸਾ ਮਸੀਹ ਨਾਲ ਜੋੜ ਦਿੱਤਾ ਕਿ ਉਸ ਨੇ ਦੁਨੀਆਂ ਨੂੰ ਰੌਸ਼ਨੀ ਵਿਖਾਈ ਹੈ। ਅਤੇ ਪੁਰਤਗਾਲੀਆਂ ਦਾ ਵੀ ਇਸ ਦੌਰਾਨ ਆਮਦ ਹੁੰਦੀ ਹੈ। 27 ਮਈ 1498 ਈਸਵੀ ਨੂੰ ਪੁਰਤਗਾਲੀ ਐਕਸਪਲੋਰਰ ਦੇ ਵਿੱਚ ਵਾਸਕੋ ਡੇਗਾਮਾ ਭਾਰਤ ਦੇ ਕਾਲੀਕਟ ਪਹੁੰਚਦੇ ਨੇ। ਆਪਾਂ ਗੋਆ ਦਾ ਬਣਾਇਆ ਸੀ ਪ੍ਰੋਗਰਾਮ, ਕੁਛ ਗੋਆ ਦੀਆਂ ਵੀਡੀਓ ਅਜੇ ਵੀ ਪਈਆਂ ਨੇ ਚਰਚਾ ਦੀਆਂ, ਮੈਂ ਪਾਵਾਂਗਾ ਇਹਨੇ ਦਿਨੀ ਜਦੋਂ ਸਮਾਂ ਬਣਿਆ। ਅਤੇ ਇਸ ਦੌਰਾਨ ਸਥਾਨਕ ਨਾਗਰਿਕਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਆ ਕੇ ਕੀ ਕਰਨਾ ਚਾਹੁੰਦੇ ਹੋ ਅਤੇ ਵਾਸਕੋ ਡੇ ਗਾਮਾ ਦਾ ਜਵਾਬ ਸੀ ਕਿ ਈਸਾਈ ਅਤੇ ਮਸਾਲੇ। ਭਾਰਤ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਈਸਾਈਆਂ ਅਤੇ ਭਾਰਤ ਵਿੱਚ ਸ਼ੁਰੂਆਤ ਦੇ ਵਿੱਚ ਈਸਾਈਆਂ ਨੇ ਪੁਰਤਗਾਲੀਆਂ ਦਾ ਸਵਾਗਤ ਕੀਤਾ। ਉਹਨਾਂ ਨੂੰ ਲੱਗਦਾ ਸੀ ਕਿ ਮੁਸਲਮਾਨਾਂ ਦੇ ਖਿਲਾਫ ਹੈ ਅਤੇ ਇਸ ਲਈ ਉਹਨਾਂ ਦੀ ਮਦਦ ਕਰ ਦੇਣਗੇ। ਪੁਰਤਗਾਲੀ ਨੇ ਗੋਆ, ਬੰਬੇ, ਮਦਰਾਸ, ਪਾਂਡੀਚੇਰੀ ਦੇ ਵਿੱਚ ਯੂਰਪੀਅਨ ਕਲੋਨੀਆਂ ਸਥਾਪਿਤ ਕੀਤੀਆਂ। ਇੱਥੇ ਕੈਥੋਲਿਕ ਈਸਾਈਆਂ ਦਾ ਬੋਲਬਾਲਾ ਸੀ ਅਤੇ ਇਹ ਰੂੜੀਵਾਦੀ ਮੰਨੇ ਜਾਂਦੇ ਸਨ। ਇਸ ਦੌਰਾਨ ਕੰਨਿਆ ਕੁਮਾਰੀ ਦੇ ਆਸ ਪਾਸ ਦੇ ਖੇਤਰ ਦੇ ਵਿੱਚ ਪਰਿਵਾਰਾਂ ਦੇ ਜਿਹੜਾ ਪਰਾਵਰੋਂ ਦਾ ਜਿਹੜਾ ਸ਼ਾਸਨ ਸੀਗਾ 1527 ਈਸਵੀ ਤੋਂ ਬਾਅਦ ਉਹਨਾਂ ਨੇ ਫਿਰ ਅਰਬੀ ਫਲੀਟ ਦਾ ਖਤਰਾ, ਜਿਹੜੇ ਅਰਬੀ ਹਮਲਾਵਰ ਸੀ ਉਹਨਾਂ ਦਾ ਖਤਰਾ ਮਹਿਸੂਸ ਉਹਨਾਂ ਨੂੰ ਹੋਣ ਲੱਗਾ। ਅਤੇ ਇਹ ਜਿਹੜੇ ਪਰਾਵਰਨ ਦੇ ਕਬੀਲੇ ਸੀਗੇ ਇਹਨਾਂ ਨੇ ਪੁਰਤਗਾਲੀਆਂ ਤੋਂ ਸ਼ਰਨ ਮੰਗੀ ਜੋ ਉਹਨਾਂ ਨੂੰ ਮਿਲੀ। ਅਤੇ ਇਸ ਸ਼ਰਤ ਦੇ ਵਿੱਚ ਇਹ ਵੀ ਗੱਲ ਸੀ ਕਿ ਇਹ ਜਿਹੜੇ ਪਰਾਵਰ ਦੇ ਲੋਕ ਨੇ ਉਹਨਾਂ ਨੂੰ ਈਸਾਈ ਬਣਨਾ ਪਏਗਾ। 1537 ਤੱਕ 20,000 ਦੇ ਕਰੀਬ ਪਰਾਵਰ ਲੋਕ ਈਸਾਈ ਬਣ ਗਏ ਕਿਉਂਕਿ ਉਹ ਪੁਰਤਗਾਲੀਆਂ ਤੋਂ ਉਹਨਾਂ ਨੂੰ ਸ਼ਰਨ ਦਵਾਉਂਦੇ ਸੀ। ਪੁਰਤਗਾਲੀ ਉਹਨਾਂ 'ਤੇ ਅਟੈਕ ਕਰਦੇ ਸੀ। ਪੁਰਤਗਾਲੀਆਂ ਦਾ ਈਸਾਈਆਂ ਨਾਲ ਕੰਮ ਲੋਟ ਸੀਗਾ, ਇਸ ਕਰਕੇ ਜਿਹੜੇ ਉੱਥੋਂ ਦੇ ਪਰਾਵਰ ਕਬੀਲਿਆਂ ਦੇ ਲੋਕ ਸੀ ਉਹਨਾਂ ਨੇ ਪੁਰਤਗਾਲੀਆਂ ਤੋਂ ਉਹਨਾਂ ਨੂੰ ਪਰਾਵਰਾਂ ਨੂੰ ਬਚਾਇਆ ਇਹ ਸ਼ਰਤ 'ਤੇ ਕਿ ਤੁਸੀਂ ਈਸਾਈ ਬਣ ਜਾਓ। 1537 ਤੱਕ
ਤੁਸੀਂ ਹਿਸਾਬ ਲਾ ਲਓ ਕਿ ਜਦੋਂ ਪਹਿਲੀਆਂ ਪਾਤਸ਼ਾਹੀਆਂ ਪੰਜਾਬ ਦੇ ਵਿੱਚ ਵਿਚਰਦੀਆਂ ਨੇ ਉਦੋਂ 20,000 ਜਿਹੜੇ ਸੀ ਪਰਾਵਰ ਲੋਕ ਸੀਗੇ ਜਿਹੜੇ ਉਹ ਈਸਾਈ ਬਣ ਗਏ। ਅਤੇ ਇਸ ਦੌਰਾਨ ਫਿਰ ਇੱਥੇ ਇੱਕ ਜੋਸੂਟ ਫਰਾਂਸਿਸ ਜੇਵੀਅਰ ਆਏ। 1542 ਦੇ ਵਿੱਚ ਜਿਹੜੇ ਗਰੀਬ ਤਬਕੇ ਦੇ ਲੋਕ ਸੀਗੇ ਉਹਨਾਂ ਨੂੰ ਬੈਪਟਾਈਜ਼ ਕਰਨ ਦੇ ਲਈ ਧਰਮ ਪਰਿਵਰਤਨ ਦਾ ਮਿਸ਼ਨ ਸ਼ੁਰੂ ਹੋਇਆ। 30,000 ਦੇ ਕਰੀਬ ਹੋਰ ਪਰਾਵਰ ਲੋਕ ਈਸਾਈ ਕਨਵਰਟ ਹੋ ਗਏ, ਯਾਨੀ ਇਹ 50,000 ਦੇ ਕਰੀਬ ਲੋਕ ਹੋ ਗਏ। ਅਤੇ ਇਸ ਸਿਲਸਿਲੇ ਦੇ ਵਿੱਚ 16ਵੀਂ ਸ਼ਤਾਬਦੀ ਦੇ ਅਖੀਰ ਤੱਕ ਪੁਰਤਗਾਲੀਆਂ ਦਾ ਧਿਆਨ ਇਸ ਗੱਲ 'ਤੇ ਗਿਆ ਕਿ ਸ਼ੁਰੂਆਤੀ ਭਾਰਤੀਆਂ ਦੇ ਵਿੱਚ ਈਸਾਈਆਂ ਦੇ ਰੀਤੀ ਰਿਵਾਜ ਹਿੰਦੂਆਂ ਨਾਲ ਮਿਲਦੇ ਜੁਲਦੇ ਨੇ। 1595 ਦੇ ਵਿੱਚ ਅਲੈਕਸੋ ਡੀ ਮੈਨੇਜਸ ਨੇ ਗੋਆ ਦੇ ਵਿੱਚ ਆਰਕ ਵਿਸ਼ਵ ਦਾ ਅਹੁਦਾ ਸੰਭਾਲਿਆ। ਉਹਨਾਂ ਨੂੰ ਪਤਾ ਸੀ ਕਿ ਕਾਸਟ ਸਿਸਟਮ ਮਿਟਾਉਣਾ ਹੋਏਗਾ, ਜਾਤ ਪਾਤ ਮਿਟਾਉਣੀ ਹੋਏਗੀ। ਜਿਹੜੀਆਂ ਹਿੰਦੂ ਰਵਾਇਤਾਂ ਨੇ, ਹਿੰਦੂ ਟ੍ਰੈਡੀਸ਼ਨ ਨੇ, ਉਹਨਾਂ ਦੇ ਪ੍ਰਤੀ ਕ੍ਰਿਟੀਕਲ ਐਟੀਚਿਊਡ ਪੈਦਾ ਕੀਤਾ। ਜੂਨ 1569 ਦੇ ਵਿੱਚ 6 ਦਿਨ ਦੇ ਵਿੱਚ ਇੱਕ ਅਸੈਂਬਲੀ ਆਯੋਜਨ ਹੋਇਆ ਜਿਸ ਦੇ ਵਿੱਚ 800 ਤੋਂ ਜ਼ਿਆਦਾ ਜਿਹੜੇ ਕਲਰਜੀ ਮੈਂਬਰਸ ਸ਼ਾਮਿਲ ਹੋਏ। ਇੱਥੋਂ ਤੱਕ ਕਿ ਸ਼ੁਰੂਆਤ ਦੇ ਵਿੱਚ ਈਸਾਈਆਂ ਦੇ ਵਿੱਚ ਜਿਹੜੀ ਉਹਨਾਂ ਦੀਆਂ ਰਸਮਾਂ ਸੀ ਉਹਨਾਂ ਦੇ ਵਿੱਚ ਉਹਨਾਂ ਸ਼ਾਮਿਲ ਹਿੰਦੂ ਰੀਤੀ ਰਿਵਾਜ਼ਾਂ ਨੂੰ ਬਾਹਰ ਕਰਨ ਦਾ ਉਹਨਾਂ ਨੇ ਨਿਰਣਾ ਲਿਆ। ਇਸ ਸੰਬੰਧੀ ਫਿਰ ਉੱਥੇ ਪ੍ਰੋਟੈਸਟੈਂਟ ਮਿਸ਼ਨ ਦੀ ਸ਼ੁਰੂਆਤ ਹੁੰਦੀ ਹੈ। 1700 ਈਸਵੀ ਤੋਂ ਬਾਅਦ ਭਾਰਤ ਦੇ ਵਿੱਚ ਜਿਹੜੇ ਪ੍ਰੋਟੈਸਟੈਂਟ ਮਿਸ਼ਨਰੀ ਸੀਗੇ, ਜਿਹੜੇ ਕੱਟੜ ਕਿਸਮ ਦੇ ਈਸਾਈ ਕਹਿ ਲਈਏ ਜਿਹੜੀ, ਉਹਨਾਂ ਦੀ ਆਮਦ ਹੁੰਦੀ ਹੈ। ਇਹ ਸੁਧਾਰਵਾਦੀ ਇੱਕ ਘੱਟ ਕੱਟੜ ਸੀ, ਯਾਨੀ ਕੈਥੋਲਿਕ ਕੱਟੜ ਸੀਗੇ ਜਿਹੜੇ ਪ੍ਰੋਟੈਸਟੈਂਟ ਸੀ, ਕਈ ਚੀਜ਼ਾਂ ਨੂੰ ਲੈ ਕੇ ਵਿਰੋਧ ਕਰਦੇ ਸੀ ਧਰਮ ਦੇ ਪਖੰਡ ਦਾ। ਇਹਨਾਂ ਦੀ ਆਮਦ ਹੁੰਦੀ ਹੈ 1700 ਈਸਵੀ ਦੇ ਵਿੱਚ। ਇਹ ਸੁਧਾਰਵਾਦੀ ਸੀ ਅਤੇ ਇਹ ਰੋਮਨ ਕੈਥੋਲਿਕ ਜਿਹੜੇ ਕੱਟੜ ਨੇ ਉਹਨਾਂ ਦੇ ਵਿਰੋਧੀ ਸਨ। ਅਤੇ ਇਹਨਾਂ ਨੇ ਸਭ ਤੋਂ ਪਹਿਲਾਂ ਬਾਈਬਲ ਤਾਮਿਲ ਭਾਸ਼ਾ ਦੇ ਵਿੱਚ ਅਤੇ ਉਸ ਤੋਂ ਬਾਅਦ ਹਿੰਦੁਸਤਾਨੀ ਭਾਸ਼ਾਵਾਂ ਦੇ ਵਿੱਚ ਉਸਨੂੰ ਟ੍ਰਾਂਸਲੇਟ ਕੀਤਾ। ਤਾਮਿਲ ਦੇ ਵਿੱਚ ਇੰਗਲਿਸ਼ ਡਿਕਸ਼ਨਰੀ ਨੂੰ ਪ੍ਰਕਾਸ਼ਿਤ ਕੀਤਾ ਅਤੇ ਉੱਥੇ ਹਸਪਤਾਲ ਬਣਾਏ। 1793 ਦੇ ਵਿੱਚ ਅੰਗਰੇਜ਼ ਬੈਪਟਿਸਟ ਮਿਨਿਸਟਰ ਵਿਲੀਅਮ ਕੈਰੀ ਨੂੰ ਭਾਰਤ ਭੇਜਿਆ ਗਿਆ ਅਤੇ ਉਹ ਇਕਨੋਮਿਕਸ ਅਤੇ ਮੈਡੀਸਨ ਦੇ ਜਾਣਕਾਰ ਸੀ। ਉਹਨਾਂ ਨੇ ਭਾਰਤ ਵਿੱਚ ਖੇਤੀਬਾੜੀ ਸੁਸਾਇਟੀ ਦੀ ਸਥਾਪਨਾ ਕੀਤੀ। ਬਿਹਾਰ ਦੇ ਬੇਤੀਆ ਇਲਾਕੇ ਦੇ ਵਿੱਚ ਮਹਾਰਾਜਾ ਧਰੁਪ ਸਿੰਘ ਦੀ ਪਤਨੀ ਦੇ ਇਲਾਜ ਦੇ ਲਈ ਈਸਾਈ ਪ੍ਰੀਸਟ ਨੇ ਜਿਹੜਾ ਉਹਨਾਂ ਦਾ ਇਲਾਜ ਸ਼ੁਰੂ ਕੀਤਾ। ਇਸ ਤੋਂ ਬਾਅਦ ਈਸਾਈਆਂ ਨੇ ਬੇਤੀਆ ਦੇ ਵਿੱਚ ਕ੍ਰਿਸ਼ਚੀਅਨ ਮਿਸ਼ਨ ਦਾ ਜਿਹੜਾ ਸ਼ੁਰੂਆਤ ਕੀਤੀ, ਯਾਨੀ ਇਹ ਡਾਕਟਰ ਦੇ ਤੌਰ 'ਤੇ ਵੀ ਆਏ। 1919ਵੀਂ ਸਦੀ ਦੇ ਵਿੱਚ ਅਮੈਰੀਕਨ ਬੈਪਟਿਸਟ ਮਿਸ਼ਨਰੀ ਨੇ ਨੌਰਥ ਈਸਟ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ। ਨਾਗਾ, ਖਾਸੀ ਅਤੇ ਕੁਕੀ ਅਤੇ ਮਿਜ਼ੋ ਟ੍ਰਾਈਬਸ ਨੇ ਜਿਹੜੇ, ਜਿਵੇਂ ਮਣੀਪੁਰ ਦੇ ਨੇ ਕੁਕੀਸ ਨਾਗਾ, ਉਹ ਜਿਹੜੇ ਕਬੀਲੇ ਨੇ ਉਹਨਾਂ ਦੇ ਵਿੱਚ ਸਾਲਾਂ ਤੱਕ ਇਹਨਾਂ ਨੇ ਆਪਣੀਆਂ ਸਮਾਜ ਸੇਵਾਵਾਂ ਦਾ ਕੰਮ ਕੀਤਾ। ਭਾਰਤ ਵਿੱਚ ਜਿਹੜਾ ਆਜ਼ਾਦੀ ਸੰਗਰਾਮ ਦੇ ਵਿੱਚ ਵੀ ਈਸਾਈਆਂ ਨੂੰ ਇਨਵੋਲਵਮੈਂਟ ਸੀ। ਭਾਰਤੀ ਰਾਸ਼ਟਰੀ ਕਾਂਗਰਸ ਦੇ ਵਿੱਚ ਵੀ ਵੱਡੀ ਸੰਖਿਆ ਦੇ ਵਿੱਚ ਈਸਾਈ ਸਨ। ਈਸਾਈ ਅਸਲ ਦੇ ਵਿੱਚ ਜਿਹੜੀ ਈਸਾਈ ਬਹੁਗਿਣਤੀ ਹੈ, ਜਿਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਤਕਰੀਬਨ 4,18,000 ਦੇ ਕਰੀਬ ਮਸੀਹੀ ਲੋਕ ਨੇ, ਟੋਟਲ ਆਬਾਦੀ ਦਾ 30.26% ਨੇ। ਅਤੇ ਮੇਘਾਲਿਆ ਦੇ ਵਿੱਚ 22,00,000 ਈਸਾਈ ਨੇ, ਟੋਟਲ ਵਸੋਂ ਦਾ 74.59%, ਯਾਨੀ ਕਿ 74.5% ਈਸਾਈ ਨੇ। ਨਾਗਾਲੈਂਡ ਦੇ ਵਿੱਚ 17,00,000 ਈਸਾਈ ਨੇ, ਯਾਨੀ ਕਿ ਟੋਟਲ ਵਸੋਂ ਦਾ 87.93% ਮਸੀਹੀ ਨੇ। ਮਣੀਪੁਰ ਦੇ ਵਿੱਚ 11,08,000, ਯਾਨੀ ਕਿ ਟੋਟਲ ਵਸੋਂ ਦਾ 41.29% ਮਸੀਹੀ ਨੇ। ਗੋਆ ਦੇ ਵਿੱਚ 3,66,000 ਮਸੀਹੀ ਨੇ, ਟੋਟਲ ਵਸੋਂ ਦਾ 25.10%।
ਕੇਰਲਾ ਦੇ ਵਿੱਚ 61 ਲੱਖ ਮਸੀਹੀ ਨੇ, ਟੋਟਲ ਵਸੋਂ ਦਾ 18.38%, ਸੋ ਇਹ ਅੰਕੜੇ 2011 ਦੀ ਜਨਗਣਨਾ ਦੇ ਨੇ। ਉਸ ਤੋਂ ਬਾਅਦ ਕਿਉਂਕਿ ਜਨਗਣਨਾ ਹੀ ਨਹੀਂ ਹੋਈ, ਸੈਂਸਸ ਨਹੀਂ ਹੋਏ, ਸੋ ਭਾਰਤ ਵਿੱਚ ਈਸਾਈਆਂ ਦੀਆਂ 3 ਗੱਲਾਂ ਖਾਸ ਨੇ। ਭਾਰਤ ਵਿੱਚ ਈਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਵਿੱਚ ਵੱਡੀ ਸੰਖਿਆ ST ਅਤੇ SC ਸਮਾਜ ਦੀ, ਯਾਨੀ ਪਛੜੇ ਵਰਗਾਂ ਦੀ ਹੈ। ਇਹਦੇ ਵਿੱਚ ਜੇ ਓਵਰਆਲ ਵੇਖਿਆ ਜਾਵੇ ਤਾਂ ਫਾਰਵਰਡ ਕਾਸਟ ਦੇ ਜਿਹੜੇ ਲੋਕ ਨੇ ਉਹ 33% ਨੇ, ST ਨੇ ਜਿਹੜੇ ਸ਼ਡਿਊਲ ਟ੍ਰਾਈਬਸ ਨੇ ਉਹ 32% ਨੇ, SC ਭਾਈਚਾਰੇ ਦੇ ਲੋਕ 9% ਨੇ ਅਤੇ OBC 24% ਨੇ। ਸੋ ਇਸ ਤਰ੍ਹਾਂ ਦਾ ਸਿਲਸਿਲਾ। ਇਸ ਇੱਕ ਰਿਪੋਰਟ ਦੇ ਮੁਤਾਬਕ ਇਹਨਾਂ ਦੇ ਵਿੱਚ ਅਡਲਟ ਈਸਾਈ ਧਰਮ ਦੇ ਵਿੱਚ ਕਨਵਰਟ ਹੋਏ ਨੇ ਉਹ 0.4% ਨੇ, ਯਾਨੀ ਬਹੁਤ ਘੱਟ ਨੇ ਜਿਹੜੇ ਅਡਲਟ ਨੇ, ਵੱਡੇ ਨੇ। ਈਸਾਈ ਧਰਮ ਦੇ ਵਿੱਚ ਕਨਵਰਟ ਹੋਣ ਵਾਲੇ ਜ਼ਿਆਦਾਤਰ ਲੋਕ ਹਿੰਦੂ ਧਰਮ ਦੇ ਹੇਠਲੀ ਜਾਤੀਆਂ 'ਚੋਂ ਨੇ, ਗਰੀਬ ਜਾਤਾਂ 'ਚੋਂ ਨੇ, ਜਿਨ੍ਹਾਂ ਨੂੰ ਮੰਦਰਾਂ ਜਾਂ ਧਾਰਮਿਕ ਸਥਾਨਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ, ਸੋ ਉਹ ਫਿਰ ਇਸ ਪਾਸੇ ਕਨਵਰਟ ਹੁੰਦੇ ਨੇ। ਅਤੇ ਦੇਖਦਿਆਂ 2021 ਤੱਕ ਭਾਰਤ ਦੇ 9 ਰਾਜਾਂ ਦੇ ਵਿੱਚ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਲਾਗੂ ਹੋ ਗਏ ਨੇ, ਕਿਉਂਕਿ BJP ਇਸ ਗੱਲ ਉੱਤੇ ਬਹੁਤ ਵਿਰੋਧ ਕਰਦੀ ਹੈ। ਹਾਲਾਂਕਿ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਕ੍ਰਿਸਮਸ ਜਾਂ ਹੋਰ ਚੀਜ਼ਾਂ ਦੀਆਂ ਵਧਾਈਆਂ ਦਿੰਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੇ ਮਸੀਹਾਂ ਦੇ ਨੂੰ ਉਚੇਚਾ ਟਾਰਗੇਟ ਵਿਸ਼ਵ ਹਿੰਦੂ ਪਰਿਸ਼ਦ RSS ਕਰਦੀ ਹੈ, ਕਿਉਂਕਿ ਗ੍ਰਾਹਮ ਸਟੇਨਸ ਜੋ ਉੜੀਸਾ ਦੇ ਕੰਧਮਾਲ ਪਛੜੇ ਇਲਾਕਿਆਂ 'ਚ ਕੋਹੜੀਆਂ ਦਾ ਜਾਂ ਹੋਰ ਬਿਮਾਰਾਂ ਦਾ ਇਲਾਜ ਕਰਦਾ ਸੀ, ਕਿਸ ਤਰ੍ਹਾਂ ਉਸ ਮਿਸ਼ਨ ਨੂੰ ਇਹਨਾਂ ਨੇ ਤਹਿਸ਼ ਨਹਿਸ਼ ਕੀਤਾ, ਘਰ ਵਾਪਸੀ ਮੁਹਿੰਮ ਚਲਾਈ। ਇਸੇ ਸਿਲਸਿਲੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਚਲੋ ਇਹਨਾਂ ਦਾ ਪ੍ਰਚਾਰ ਹੈ, ਕਈ ਥਾਂ ਇਹਨਾਂ ਦੇ ਟੈਂਟ ਲੱਗਦੇ ਨੇ, ਅਤੇ ਜਿਸ ਨੂੰ ਲੈ ਕੇ ਕੁਛ ਜਿਹੜੇ ਸਿੱਖ ਨੇ ਉਹ ਵੀ ਚਿੰਤਤ ਨੇ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਹਨਾਂ ਦਾ ਬਹੁਤ ਵਿਰੋਧ ਕੀਤਾ, ਜਾਂ ਹੋਰ ਕੁਛ ਜਥੇਬੰਦੀਆਂ ਵੀ ਇਹਨਾਂ ਦਾ ਵਿਰੋਧ ਕਰਦੀਆਂ ਨੇ। ਸੋ ਇਸ ਸੰਬੰਧੀ ਇੱਕ ਜਿਹੜੀ ਰਿਸਰਚ ਦੱਸਦੀ ਹੈ ਕਿ ਈਸਾਈ ਧਰਮ ਦੇ ਲੋਕ BJP ਦੇ ਮੁਕਾਬਲੇ ਕਾਂਗਰਸ ਨੂੰ ਜ਼ਿਆਦਾ ਵੋਟ ਦਿੰਦੇ ਨੇ ਜਾਂ ਖੱਬੇ ਪੱਖੀਆਂ ਨੂੰ ਦਿੰਦੇ ਨੇ, ਕਿਉਂਕਿ BJP ਕੱਟੜ ਵੋਟ ਹਿੰਦੂ ਵੋਟ ਦੀ ਦਾਅਵੇਦਾਰ ਹੈ, ਇਸ ਕਰਕੇ ਇਹ ਉਸ ਦੇ ਅੰਗੇਜ਼ ਭੁਗਤਦੇ ਨੇ, ਜਿਸ ਕਰਕੇ ਇਹਨਾਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ। 2019 ਦੀਆਂ ਲੋਕ ਸਭਾ ਦੇ ਚੋਣਾਂ ਦੇ ਵਿੱਚ 30% ਈਸਾਈਆਂ ਨੇ ਮੰਨਿਆ ਕਿ ਉਹਨਾਂ ਨੇ ਕਾਂਗਰਸ ਨੂੰ ਵੋਟ ਕੀਤਾ, ਹਾਲਾਂਕਿ 10 ਦੇ ਵਿੱਚੋਂ 1 ਈਸਾਈ ਨੇ BJP ਨੂੰ ਵੋਟ ਪਾਉਣ ਦੀ ਵੀ ਗੱਲ ਆਖੀ ਹੈ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ BJP ਨੇ ਦੱਖਣੀ ਸੂਬਿਆਂ ਦੇ ਵਿੱਚ ਸਾਊਥ ਵਿੱਚ ਸਭ ਤੋਂ ਘੱਟ ਵੋਟ ਸ਼ੇਅਰ ਸੀ ਜਿਹੜਾ ਈਸਾਈਆਂ ਦਾ ਉਹਨਾਂ ਨੂੰ ਮਿਲਿਆ ਸੀ, ਸੋ BJP ਹੁਣ ਉਸ ਨੂੰ ਸੁਧਾਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਜਿਹੜੀਆਂ ਦੂਰ ਦੁਰਾਡੇ ਦੀਆਂ ਸਟੇਟਸ ਸੀਗੀਆਂ ਜਿਵੇਂ ਨਾਗਾਲੈਂਡ, ਮੇਘਾਲਿਆ, ਮਣੀਪੁਰ, ਜਿੱਥੇ ਹਿੰਦੂ ਧਰਮ ਦਾ ਕੋਈ ਬਹੁਤਾ ਪ੍ਰਚਾਰ ਨਹੀਂ ਸੀ ਜਾਂ ਉੱਥੇ ਜਿਹੜੇ ਹਿੰਦੂ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਸੀ, ਜਾਂ ਫਿਰ ਜਿਹੜਾ ਉਹਨਾਂ ਦਾ ਰਹਿਣ ਸਹਿਣ ਸੀ, ਜਿਸ ਤਰ੍ਹਾਂ ਇਹ ਗਊ ਮਾਸ ਵਗੈਰਾ ਵੀ ਖਾਂਦੇ ਨੇ ਅਤੇ ਸੂਰ ਵਗੈਰਾ ਵੀ ਖਾ ਲੈਂਦੇ ਨੇ, ਬਹੁਤੀਆਂ ਧਰਮ ਦੀਆਂ ਬੰਦਿਸ਼ਾਂ ਨਹੀਂ ਹੈਗੀਆਂ, ਸੋ ਜ਼ਿਆਦਾ ਨਾ ਲਾਈਫ ਹੈ। ਅਤੇ ਦੂਸਰਾ ਇਹਦੇ ਵਿੱਚ ਔਰਤ ਨੂੰ ਜ਼ਿਆਦਾ ਬੰਦਿਸ਼ ਨਹੀਂ ਹੈ, ਕਿਉਂਕਿ ਜਿਹੜੇ ਟ੍ਰਾਈਬਸ ਨੇ ਉਹਨਾਂ ਕਬੀਲਿਆਂ ਦੇ ਵਿੱਚ ਵੀ ਔਰਤਾਂ 'ਤੇ ਜ਼ਿਆਦਾ ਬੰਦਿਸ਼ਾਂ ਨਹੀਂ ਨੇ, ਸੋ ਜਿਸ ਕਰਕੇ ਉਹਨਾਂ ਕਬੀਲਿਆਂ ਦੇ ਵਿੱਚ ਵੀ ਤਕਰੀਬਨ ਇਹ ਚੀਜ਼ਾਂ ਸੁਭਾਵਿਕ ਵਾਪਰੀਆਂ ਨੇ। ਇਹ ਸੀ 2000 ਸਾਲ ਦਾ ਇਤਿਹਾਸ ਕਿ ਈਸਾਈ ਧਰਮ ਭਾਰਤ ਵਿੱਚ ਕਿਵੇਂ ਪ੍ਰਫੁੱਲਤ ਹੋਇਆ। ਸੋ ਇਸ ਦੇ ਨਾਲ ਨਾਲ ਜੇ ਤੁਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਕਾਫੀ ਹੱਦ ਤੱਕ ਵਾਪਰੀਆਂ ਨੇ, ਜਿਸ ਦੌਰਾਨ ਪੰਜਾਬ ਦੇ ਵਿੱਚ ਵੀ ਜਦੋਂ ਸਿੰਘ ਸਭਾ ਲਹਿਰ ਸੀ ਉਸ ਸਿਲਸਿਲੇ ਦੇ ਵਿੱਚ ਵੀ ਕੁਝ ਬੱਚੇ ਨੇ ਜਿਹੜੇ ਮਜਬੂਰਨ ਜਾਂ ਆਪਣੀ ਲੋੜ ਮੁਤਾਬਕ ਮਸੀਹੀ ਧਰਮ ਦੇ ਵਿੱਚ ਆ ਗਏ ਸਨ, ਜਿਸ ਦਾ ਵੱਡੇ ਪੱਧਰ 'ਤੇ ਵਿਰੋਧ ਹੋਇਆ ਸੀ। ਸੋ ਇਹ ਕਿਤੇ ਨਾ ਕਿਤੇ ਧਰਮਾਂ ਦੀ ਲੜਾਈ ਹੈ, ਪਰ ਜਦੋਂ ਇਹ ਹੈ ਕਿ ਤੁਸੀਂ ਆਪਣੇ ਧਰਮ ਵਾਲਿਆਂ ਨੂੰ ਨਹੀਂ ਸਾਂਭਦੇ, ਫਿਰ ਤੁਹਾਨੂੰ ਵੀ ਕੋਈ ਹੱਕ ਨਹੀਂ ਕਿ ਤੁਸੀਂ ਉਹਨਾਂ ਨੂੰ ਆਪਣੇ ਧਰਮ ਛੱਡ ਕੇ ਜਾਣ ਤੋਂ ਰੋਕੋ। ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ।
ਰਾਜਨੀਤਿਕ ਚਰਚਾ ਲਈ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ ਅਤੇ ਆਪਣੀ ਵੈਬਸਾਈਟ tiwanaradio.com ਹੁੰਦਾ ਹੈ ਜਿੱਥੇ ਤੁਹਾਨੂੰ ਆਈਫੋਨ ਦੇ ਨੈਟ ਐਪਸ ਮਿਲਣਗੀਆਂ। ਇੰਸਟਾਲ ਕਰੋ ਟਿਵਾਣਾ ਰੇਡੀਓ ਦਾ ਫੇਸਬੁੱਕ ਅਤੇ ਯੂਟਿਊਬ ਪੇਜ ਦਾ ਲਿੰਕ ਮਿਲੇਗਾ। ਲਾਈਕ ਕਰ ਦਿਓ, ਬੈਲ ਆਈਕਨ ਦਵਾ ਦਿਓ ਇਸ ਪ੍ਰੋਗਰਾਮ ਦਾ, ਫੇਸਬੁੱਕ ਦਾ ਅਤੇ ਯੂਟਿਊਬ ਦਾ ਲਿੰਕ ਆਪਣੇ ਵਟਸਐਪ ਨੰਬਰ 'ਤੇ ਪਵਾਉਣਾ ਜਾਂ ਫਿਰ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ, ਕਿਉਂਕਿ ਆਪਾਂ ਕੁਛ ਵੀਡੀਓ ਪ੍ਰੋਗਰਾਮ ਪਾਉਂਦੇ ਹਾਂ ਅਤੇ ਉਹਨਾਂ ਵੀਡੀਓ ਦੇ ਲਿੰਕ ਤੁਸੀਂ ਮੰਗਵਾ ਸਕਦੇ ਹੋ 9780360956 ਨੰਬਰ 'ਤੇ 9876309655 ਆਪਣਾ ਵਟਸਐਪ ਗਰੁੱਪ ਨੰਬਰ ਹੈ।